ਥੱਲੇ ਕਿਲੋ ਲੈਂਦੇ ਰਹੇ ਇਸ ਟਾਈਮ ਇਹਦੀ 1200-1300 ਦੀ ਆ 3 ਕਿਲੋ ਠੀਕ ਆ 1 ਕਿਲੋ ਪੈ ਗਈ ਆ 400 ਰੁਪਈਏ ਕਿਲੋ ਪੈ ਗਈ ਆ ਇੱਕ ਮਸਾਲਾ ਉਹ ਅੱਧਾ ਕਿਲੋ ਪਈ ਆ 850 ਮਤਲਬ ਅੱਗ ਲੱਗ ਗਈ ਆ ਇਹਨੇ ਸਰ ਕੇ ਸਵਾਹ ਬਣ ਜਾਣਾ ਉਸ ਬੰਦੇ ਤੇ ਬਾਅਦ ਚ ਮੇਰੀ ਗੱਲ ਕਰਾ ਦਿਓ ਮੈਂ ਕਹਾਂਗਾ 300 ਦਾ ਡੱਬਾ ਤੂੰ 850 ਦੇ ਕੋਈ ਹੀ ਮੈਂ ਆਹ ਡੱਬਾ ਆਇਆ ਜੀ ਫਿਰੋਜ਼ ਵੱਟੂਆਂ ਦਾ ਹੈ 850 ਰੁਪਏ ਦਾ ਦਾ ਸਜਾਦ ਆਟੋ ਵਾਲੇ ਇਵੇਂ ਹੀ ਹੈ ਡੱਬਾ ਜੀ ਸੀਕਾ ਜੈਲ ਤੇ ਆਹ ਵੇ ਆਹ ਹਜੇ ਵੀ ਨਹੀਂ ਪੁੱਜਣ ਦੇ ਆਹ ਮਸਲਾ ਹੀ ਆ ਜਿਹੜਾ ਆਹ ਹਜੇ ਵੀ ਹੈ ਆ ਉਹਦੇ 'ਚ ਉਹ ਛੈਣੀ ਹੋਣੀ ਜਿਹੜੀ ਤੂੰ ਕਹਿੰਦਾ ਸੀ ਕਿ ਛੈਣੀ ਨਾ ਪੁੱਟਦੇ ਰਹੇ ਤੇ ਫਿਰ ਵੀ ਵਿੱਚੋਂ ਗਰੀਸ ਸਹੀ ਨਿਕਲੀ ਆਹ ਬੰਦੇ ਨੂੰ ਮੈਨੂੰ ਲੱਗਦਾ ਹੈ ਜਿਹੜੀ ਆ ਇਹ ਬਣ ਇਹ ਖਤਮ ਹੋ ਜਾਣੀ ਇਹ 'ਚ ਚੰਗਾਠ ਨਹੀਂ ਜਾਣੀ ਇਹਨੇ ਸਵਾਹ ਬਣ ਜਾਣਾ ਜੇਕਰ ਉਹ ਜਿਹੜੀ ਸ਼ਾਇਬ ਆ ਜਿੰਨੀ ਮਰਜ਼ੀ ਤੁਸੀਂ ਉਹਨੂੰ ਟਪੇਚਰ ਦਿਓ ਇੰਗਲਿਸ਼ 'ਚ ਜਿਹੜਾ ਅੰਗਰੇਜ਼ਾਂ ਦਾ ਜੋ ਮਰਜ਼ੀ ਜਿੰਨੀ ਮਰਜ਼ੀ ਹੀਟ ਦੇ ਦਿਓ ਗਰਮ ਦੇ ਦਿਓ ਉਹਨੇ ਉਸ ਤਰ੍ਹਾਂ ਹੀ ਰਹਿਣਾ ਜਿਸ ਤਰ੍ਹਾਂ ਗਲੀਸ ਹੈ ਬੈਰਿੰਗ ਦੇ ਵਿੱਚ ਇੱਕ ਸੀਜ਼ਨ ਪਾਓ ਦੂਸਰੇ ਸੀਜ਼ਨ ਤੀਸਰੇ ਸੀਜ਼ਨ ਸਾਲ ਬੈਰਿੰਗ ਚੱਲਦਾ ਰਹੇ ਤਾਂ ਉਹਦੇ 'ਚ ਗਲੀਸ ਉਸ ਤਰ੍ਹਾਂ ਦੀ ਉਸ ਤਰ੍ਹਾਂ ਜਾਣੀ ਲੇਕਿਨ ਉਹਦੀ ਰੇਟ 2400 ਰੁਪਈਏ ਪਰ ਕੇ ਜੀ ਅਤੇ ਆਹ ਤਾਂ ਨਹੀਂ ਉਹਦੇ ਨਾਲ ਦੀ ਹੈ ਜਿਹੜੀ ਪਿਛਲੇ ਸਾਲ ਲਈ ਉਹਦੇ ਤੋਂ ਵੀ ਚੰਗੀ ਹੈ ਗਰੀਸ ਦੀ ਪਹਿਚਾਣ ਅੱਡਾ ਪਨਵਾਂ ਦੇ ਇਹਨਾਂ ਦਾ ਆਸਫ ਬੈਰਿੰਗ ਸਟੋਰ ਦੇ ਨਾਮ ਤੋਂ ਦੁਕਾਨ ਬੈਰਿੰਗ ਮਸ਼ੀਨਾਂ ਦਾ ਸਮਾਨ ਛੋਟਾ ਮੋਟਾ ਹਰ ਚੀਜ਼ ਮਿਲ ਜਾਂਦੀ ਬਹੁਤ ਸ਼ੁਕਰੀਆ।